ਤੁਸੀਂ ਮੌੜ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਡਿਫਰੈਂਟ ਕਿਰਦਾਰ ਤੁਹਾਨੂੰ ਨਜ਼ਰ ਆਊਗਾ ਕਿਸ਼ਨੇ ਮੌੜ ਦਾ ਜਿਹੜਾ ਕਿ ਪਿਛਲੀ ਜੂਣਾ ਮੌੜ ਆਈ ਸੀ ਉਹਦੇ ਵਿੱਚ ਨਹੀਂ ਸੀਗਾ ਉਹ ਕਿਰਦਾਰ ਔਰ ਪੂਰਾ ਉਹ ਕਿਰਦਾਰ ਲਾਈਕ ਮੈਂ ਹਮੇਸ਼ਾ ਆਪਣੀ ਇੰਟਰਵਿਊ 'ਚ ਕਹਿੰਦਾ ਹੁੰਦਾ ਸੀ ਕਿ ਮੈਨੂੰ ਕੋਈ ਇਦਾਂ ਦਾ ਕਿਰਦਾਰ ਮਿਲੇ ਜਿਵੇਂ ਦਾਮਨੀ ਫਿਲਮ ਦੇ ਵਿੱਚ ਸਨ ਅਤੇ ਉਹ ਰੇਡੀ ਹੈ ਉਹ ਇੱਕ ਟੋਟਲੀ ਮਰਡਰ ਮਿਸਟਰੀ ਦੇ ਉੱਤੇ ਫਿਲਮ ਹੈ ਅਸੀਂ ਪੰਜਾਬੀ ਸਿਨੇਮੇ ਦੇ ਵਿੱਚ ਐਕਸਪੈਰੀਮੈਂਟ ਕਰ ਰਹੇ ਹਾਂ ਕਿ ਯਾਰ ਸਿਰ ਰੋਮੈਂਟਿਕ ਫਿਲਮਾਂ ਨਹੀਂ ਕੋਮੇਡੀ ਫਿਲਮਾਂ ਨਹੀਂ ਅਲੱਗ ਤਰ੍ਹਾਂ ਕਿ ਮੈਂ ਮੂੰਹ 'ਤੇ ਕਿਸੇ ਦੇ ਜਾ ਕੇ ਕਹਿੰਦਾ ਨਹੀਂ ਯਾਰ ਤੂੰ ਤਾਂ ਬਹੁਤ ਬੇਕਾਰ ਸਕ੍ਰਿਪਟ ਲਈ ਫਿਰਦਾ ਉਹ ਮੈਂ ਨਹੀਂ ਕਰਦਾ ਹਰ ਬੰਦਾ ਇਹਦਾ ਦੇਖੋ ਇਮੋਸ਼ਨ ਜੁੜੇ ਹੁੰਦੇ ਸਤਿ ਸ਼੍ਰੀ ਅਕਾਲ ਜੀ ਮੈਂ ਜੱਸੀ ਬੜਾਇਚ ਸੋ ਦੋਸਤੋ ਅੱਜ ਬਹੁਤ ਖਾਸ ਮੁਲਾਕਾਤ ਲੈ ਕੇ ਆਏ ਹਾਂ ਅੱਜ ਸਾਡੇ ਨਾਲ ਪੰਜਾਬੀ ਸਿਨੇਮੇ ਦਾ ਉਹ ਗੱਭਰੂ ਜਿਨ੍ਹਾਂ ਨੂੰ ਅਸੀਂ ਐਕਸ਼ਨ ਹੀਰੋ ਕਹਿੰਦੇ ਹਾਂ ਸਾਡਾ ਪੰਜਾਬ ਦਾ ਬਾਈ ਦੇਵ ਖਰੋੜ ਮੌਜੂਦ ਨੇ ਸੋ ਫੈਸ਼ਨ ਦੀ ਗੱਲ ਲੁੱਕ ਦੀ ਗੱਲ ਹੁੰਦੀ ਹੈ ਤੁਹਾਡੀ ਹਰ ਫਿਲਮ ਦੀ ਗੱਲ ਕਰੀਏ ਇੱਕ ਵੱਖਰੀ ਲੁੱਕ ਹੁੰਦੀ ਹੈ ਨਾ ਤੁਸੀਂ ਉਹਦੇ ਲਈ ਕਿੰਨਾ ਕੁ ਵਰਕ ਕਰਦੇ ਹੋ ਚੀਜ਼ ਲਈ ਅਸੀਂ ਆਲਵੇਜ਼ ਕਰੈਕਟਰ 'ਤੇ ਕੰਮ ਕਰੀਦਾ ਪਹਿਲਾਂ ਕਰੈਕਟਰ ਨੂੰ ਸਮਝੀਦਾ ਕਿ ਸਾਡਾ ਕਰੈਕਟਰ ਕੀ ਹੈ ਕਿੱਦਾਂ ਦਾ ਹੈ ਕਿਵੇਂ ਦਾ ਨਹੀਂ ਹੈ ਹੈ ਨਾ ਉੱਦਾਂ ਦੇ ਕਰੈਕਟਰ ਹੀ ਮੈਂ ਫਿਰ ਉਹ ਫਿਰ ਆਪਣੀ ਲੁੱਕ 'ਤੇ ਕੰਮ ਕਰੀਦਾ ਜੇ ਲੱਗਦਾ ਕਿ ਯਾਰ ਦਾੜੀ ਰੱਖਣੀ ਹੈ ਜਾਂ ਲੰਬੀ ਜਾਂ ਵਾਲ ਵਧਾਉਣੇ ਆ ਜਾਂ ਥੋੜ੍ਹਾ ਵੇਟ ਗੇਨ ਕਰਨਾ ਜਾਂ ਵੇਟ ਘਟਾਉਣਾ ਸੋ ਹਰ ਐਕਟਰ ਕਰਦਾ ਉਹ ਜ਼ਰੂਰੀ ਵੀ ਹੁੰਦਾ ਤੁਹਾਨੂੰ ਔਰ ਇਹ ਵੀ ਮੈਂ ਹਮੇਸ਼ਾ ਕਹਿਣਾ ਹੁੰਦਾ ਮੈਂ ਤਾਂ ਖੈਰ ਕਹਿਣ ਵਾਲਾ ਕੌਣ ਹੁੰਦਾ ਮੈਂ ਸਿੱਖਿਆ ਹੀ ਹੈ ਦੂਜੇ ਵੱਡੇ ਐਕਟਰਾਂ ਨੂੰ ਦੇਖ ਦੇਖ ਕੇ ਕਈ ਸਾਡੇ ਇੰਨੇ ਬਾ ਕਮਾਲ ਐਕਟਰ ਨੇ ਜਿਹੜੇ ਤੁਹਾਨੂੰ ਲੱਗਦੇ ਹੀ ਨਹੀਂ ਹੈਗੇ ਕਿ ਯਾਰ ਇਹ ਪਿਛਲੀ ਫਿਲਮ ਦਾ ਕਰੈਕਟਰ ਹੈ ਉਹ ਹਮੇਸ਼ਾ ਨਵੀਂ ਫਿਲਮ 'ਚ ਇੱਕ ਨਵਾਂ ਕਰੈਕਟਰ ਲੱਗਦੇ ਨੇ ਨਵੇਂ ਇਨਸਾਨ ਲੱਗਦੇ ਨੇ ਨਵੀਂ ਲੁੱਕ 'ਚ ਆਉਂਦੇ ਨੇ ਉਹ ਸੋ ਜਿਹੜਾ ਤੁਹਾਡੀ ਲੁੱਕ ਹੈ ਨਾ ਉਹ ਬਹੁਤ ਫਰਕ ਪਾ ਦਿੰਦੀ ਹੈ ਤੁਹਾਡੀ ਪਿਛਲੀ ਫਿਲਮ ਨਾਲੋਂ ਜੇ ਤੁਸੀਂ ਹਮੇਸ਼ਾ ਆਪਣੀਆਂ ਲੁੱਕਸ 'ਤੇ ਕੰਮ ਕਰਦੇ ਹੋ ਸੋ ਮੇਰੀ ਟਰਾਈ ਰਹਿੰਦੀ ਹੈ ਆਲਵੇਜ਼ ਕਿ ਯਾਰ ਮੈਂ ਆਪਣੀਆਂ ਲੁੱਕਸ 'ਤੇ ਕੰਮ ਕਰਦਾ ਰਹਾਂ ਤਾਂ ਕਿ ਮੈਂ ਲੋਕਾਂ ਨੂੰ ਪਿਛਲੀ ਫਿਲਮ ਦਾ ਕਿਰਦਾਰ ਨਾ ਲੱਗਾ ਮੈਂ ਜਿਹੜੀ ਫਿਲਮ ਹੁਣ ਕਰ ਰਿਹਾ ਉਸੇ ਦਾ ਕਿਰਦਾਰ ਲੱਗਾ ਇੱਕ ਨਵਾਂ ਦੇਵ ਉਹਨਾਂ ਨੂੰ ਦੇਖਣ ਨੂੰ ਮਿਲੇ ਸੋ ਬਸ ਇੱਦਾਂ ਇੱਕ ਟਰਾਈ ਕਰੀਦੀ ਆ ਉਹਦੇ ਵਿੱਚ ਜੇ ਤੁਸੀਂ ਦਿਲੋਂ ਜਾਣ ਤੋਂ ਸਾਫ਼ ਨੀਤਾਂ ਨਾਲ ਕੰਮ ਕਰਦੇ ਹੋ ਮਿਹਨਤ ਕਰਦੇ ਹੋ ਤਾਂ ਪਰਮਾਤਮਾ ਉਹਨੂੰ ਫਿਰ ਭਾਗ ਵੀ ਲਾਉਂਦਾ ਸਫਲ ਵੀ ਹੁੰਦੇ ਹੋ ਤੁਸੀਂ ਉੱਦਾਂ ਆਪਾਂ ਕੋਈ ਫਿਲਮ ਲੈਣ ਦਾ ਸੁਪਨਾ ਵੇਖ ਲੈਣਾ ਜਦੋਂ ਤੁਸੀਂ ਬਚਪਨ ਦੇ ਵਿੱਚ ਹੁੰਦੇ ਹੋ ਤਾਂ ਇੱਕ ਇੱਕ ਹੀਰੋ ਸਾਡੇ ਜਹਿਨ 'ਚ ਘੁੰਮਦਾ ਹੁੰਦਾ ਨਾ ਵੀ ਉਹਦੇ ਵਰਗੇ ਵਾਲ ਕਰੀਏ ਉਹਦੇ ਵਰਗੇ ਇੱਦਾਂ ਕਰੀਏ ਬਈ ਤੁਹਾਡੇ ਕਿਹੜਾ ਇੱਦਾਂ ਦਾ ਹੀਰੋ ਸੀਗਾ ਜਹਿਨ 'ਚ ਬਹੁਤ ਹੀਰੋ ਸੀਗੇ ਮੇਰਾ ਮੈਂ ਆਲਵੇਜ਼ ਕਿਹਾ ਧਰਮਿੰਦਰ ਜੀ ਸਨੀ ਦਿਓਲ ਸੰਜੇ ਦੱਤ ਕਾਫੀ ਹੀਰੋ ਸੀਗੇ ਜਿਹੜੇ ਤੁਹਾਨੂੰ ਟਾਈਮ ਦੇ ਨਾਲ ਨਾਲ ਪਸੰਦ ਆਉਂਦੇ ਨੇ ਜਿਨ੍ਹਾਂ ਦਾ ਕੰਮ ਆਲਵੇਜ਼ ਚੰਗਾ ਹੁੰਦਾ ਦੇਖੋ ਜਦੋਂ ਕੋਈ ਬੰਦਾ ਕੰਮ ਚੰਗਾ ਕਰਦਾ ਨਾ ਕੋਈ ਵੀ ਹੋਵੇ ਚਲੋ ਆਪਣੇ ਇੱਕ ਦੋ ਪਸੰਦੀਦਾ ਹੀਰੋ ਹੁੰਦੇ ਨੇ ਕਿ ਹਾਂ ਯਾਰ ਆਹ ਮੇਰਾ ਜਦੋਂ ਮੈਂ ਸਕੂਲ ਟਾਈਮ 'ਚ ਸੀਗਾ ਤਾਂ ਉਦੋਂ ਮੈਨੂੰ ਸਨੀ ਦਿਓਲ ਬੜਾ ਵਧੀਆ ਲੱਗਦਾ ਸੀਗਾ ਹੈ ਨਾ ਫਿਰ ਟਾਈਮ ਦੇ ਨਾਲ ਨਾਲ ਤੁਹਾਡੀਆਂ ਜਿਹੜੀਆਂ ਚੁਆਇਸਿਸ ਨੇ ਚੇਂਜ ਹੁੰਦੀਆਂ ਜਾਂਦੀਆਂ ਨੇ ਜੋ ਤੁਹਾਨੂੰ ਸਮਝ ਆਉਂਦੀ ਹੈ ਕੰਮ ਦੀ ਕਿ ਕੰਮ ਕਿਵੇਂ ਕਿਵੇਂ ਵਧੀਆ ਹੋ ਰਿਹਾ ਤਾਂ ਫਿਰ ਬੜੇ ਸਾਰੇ ਆਏ ਉਹਦੇ ਵਿੱਚ ਮਨੋਜ ਬਾਜਪਾਈ ਵੀ ਨੇ ਉਹ 'ਚ ਇਰਫਾਨ ਖਾਨ ਵੀ ਸੀਗਾ ਉਹਦੇ ਵਿੱਚ ਨਵਾਜ਼ੁਦੀਨ ਸਦੀਕੀ ਵੀ ਹੈ ਉਹਦੇ ਵਿੱਚ ਰਿਤਿਕ ਰੋਸ਼ਨ ਵੀ ਹੈ ਅਜੇ ਦੇਵਗਨ ਵੀ ਹੈ ਸੋ ਜਿਹੜੇ ਬੰਦੇ ਚੰਗਾ ਕੰਮ ਕਰਦੇ ਨੇ ਤੁਹਾਨੂੰ ਲੱਗਦਾ ਕਿ ਯਾਰ ਯਾਰ ਹਾਂ ਇੱਕ ਬੰਦਾ ਡਿਫਰੈਂਟ ਕੰਮ ਕਰ ਰਹੇ ਨੇ ਔਰ ਮਿਆਰੀ ਕੰਮ ਕਰ ਰਹੇ ਨੇ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੁਹਾਨੂੰ ਸੋ ਵੀਰੇ ਜੇ ਗੱਲ ਕਰੀ ਤਾਂ ਫਿਲਮਾਂ ਦੇ ਵਿੱਚ ਵੀ ਛੱਕੇ ਛੜਾ ਰਹੇ ਹੋ ਕ੍ਰਿਕਟ ਦੇ ਵਿੱਚ ਵੀ ਤੁਹਾਡੇ ਬਹੁਤ ਲੋਕ ਦੀਵਾਨੇ ਹੋਏ ਆ ਨਾ ਉਹਦੇ ਵਿੱਚ ਚੌਕੇ ਛੱਕੇ ਲੱਗ ਰਹੇ ਨੇ ਉਹ ਉਹ ਕਿੱਦਾਂ ਦੀ ਫੀਲਿੰਗ ਉਹਦਾ ਪਿਆਰ ਮਿਲਦਾ ਲੋਕਾਂ ਵਧੀਆ ਕਿਉਂਕਿ ਕ੍ਰਿਕਟ ਮੇਰਾ ਮੈਂ ਬੜਾ ਇੱਕ ਟਾਈਮ 'ਤੇ ਮੈਨੂੰ ਸੀਗਾ ਕਿ ਮੈਂ ਯਾਰ ਕ੍ਰਿਕਟਰ ਬਣਨਾ ਔਰ ਮੈਂ ਇੰਡੀਅਨ ਟੀਮ ਲਈ ਖੇਡਣਾ ਮੈਂ ਬਹੁਤ ਕ੍ਰਿਕਟ ਖੇਡੀ ਵਾਲੀਬਾਲ ਵੀ ਕਾਫੀ ਵਾਲੀਬਾਲ ਮੈਂ ਆਲ ਇੰਡੀਆ ਯੂਨੀਵਰਸਿਟੀ ਖੇਡਿਆ ਕ੍ਰਿਕਟ ਵੀ ਨਾਲ ਚੱਲਦਾ ਸੀਗਾ ਸੋ ਜਿਹੜਾ ਸੁਪਨਾ ਹੈਗਾ ਉਹਨਾਂ ਗਰਾਊਂਡਸ ਦੇ ਵਿੱਚ ਖੇਡਣ ਦਾ ਉਹ ਮੇਰੀ ਫਿਲਮੀ ਲਾਈਨ ਨੇ ਪੂਰਾ ਕੀਤਾ ਸੈਲੀਬ੍ਰਿਟੀ ਕ੍ਰਿਕਟ ਲੀਗ ਸ਼ੁਰੂ ਹੋਇਆ ਜਿਹਦੇ ਵਿੱਚ ਸਾਨੂੰ ਇੰਟਰਨੈਸ਼ਨਲ ਗਰਾਊਂਡਸ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ ਉਹੀ ਫੀਲਿੰਗ ਆਉਂਦੀ ਆ ਅਤੇ ਉਹਦੇ ਲਈ ਫਿਰ ਦੁਬਾਰਾ ਪ੍ਰੈਕਟਿਸ ਸ਼ੁਰੂ ਕੀਤੀ ਜੀ ਜਾਨ ਨਾਲ ਹੈ ਨਾ ਤਾਂ ਹੁਣ ਅਸੀਂ ਕਾਫੀ ਟਾਈਮ ਬਾਅਦ ਖੇਡਣ ਗਏ ਸੀਗੇ ਸੋ ਹੁਣ ਅਗਲੀ ਵਾਰ ਤੋਂ ਅਸੀਂ ਚੰਗੇ ਰਿਜ਼ਲਟ ਦੇਵਾਂਗੇ ਟੀਮ ਨੂੰ ਵਧੀਆ ਖੇਡਾਂਗੇ ਹੋਰ ਔਰ ਇਹ ਵੀ ਇੱਕ ਡ੍ਰੀਮ ਪੂਰਾ ਹੋਇਆ ਜਿੱਦਾਂ ਕਿ ਨਾ ਕਿ ਬਹੁਤ ਚੰਗੀਆਂ ਫਿਲਮਾਂ ਤੁਹਾਡੇ ਹਿੱਸੇ ਹੁੰਦੀਆਂ ਨੇ ਜੋ ਵਲੈਕੀਆ ਦੀ ਗੱਲ ਕਰ ਲਈਏ ਡਾਕੂ ਦਾ ਮੁੰਡਾ 1-2 ਦੀ ਗੱਲ ਕਰ ਲਈਏ 2 ਵੀ ਹੁਣ ਜਲਦੀ ਸ਼ੂਟ ਹੋਣੀ ਹੈ ਸੋ ਉੱਦਾਂ ਮੌੜ ਫਿਲਮ ਦੀ ਗੱਲ ਕਰ ਲਈ ਨਾ ਸਾਨੂੰ ਬਹੁਤ ਬੇਸਬਰੀ ਨਾਲ ਉਸ ਫਿਲਮ ਦੀ ਉਡੀਕ ਆ ਤੁਹਾਡੀ ਕਿੱਦਾਂ ਦੀ ਫੀਲਿੰਗ ਆ ਮਤਲਬ ਉਸ ਇੱਕ ਚੰਗੀ ਫਿਲਮ ਤੁਹਾਡੇ ਹਿੱਸੇ ਆਈ ਹੈ ਨਾ ਮੈਂ ਆਪਣੇ ਆਪ ਨੂੰ ਬਹੁਤ ਸੁਭਾਗਾ ਸਮਝਦਾ ਵਾਹਿਗੁਰੂ ਦੀ ਕਿਰਪਾ ਮੈਂ ਸੋਚਦਾ ਮੇਰੇ 'ਤੇ ਹੈਗੀ ਕਿ ਮੈਨੂੰ ਬੜੇ ਡਿਫਰੈਂਟ ਕਿਰਦਾਰ ਪੰਜਾਬੀ ਇੰਡਸਟਰੀ ਦੇ ਵਿੱਚ ਕਰਨ ਨੂੰ ਮਿਲੇ ਔਰ ਅੱਗੇ ਮੈਂ ਕਰ ਵੀ ਰਿਹਾ ਜਿਵੇਂ ਤੁਸੀਂ ਮੌੜ ਦਾ ਜ਼ਿਕਰ ਕੀਤਾ ਉਹਦੇ ਵਿੱਚ ਤੁਹਾਨੂੰ ਇੱਕ ਬਹੁਤ ਹੀ ਡਿਫਰੈਂਟ ਕਿਰਦਾਰ ਤੁਹਾਨੂੰ ਨਜ਼ਰ ਆਊਗਾ ਕਿਸ਼ਨੇ ਮੌੜ ਦਾ ਜਿਹੜਾ ਕਿ ਪਿਛਲੀ ਜੂਣਾ ਮੌੜ ਆਈ ਸੀ ਉਹਦੇ ਵਿੱਚ ਨਹੀਂ ਸੀਗਾ ਉਹ ਕਿਰਦਾਰ ਔਰ ਪੂਰਾ ਉਹ ਕਿਰਦਾਰ ਲਾਈਕ ਮੈਂ ਹਮੇਸ਼ਾ ਆਪਣੀ ਇੰਟਰਵਿਊ 'ਚ ਕਹਿੰਦਾ ਹੁੰਦਾ ਸੀ ਕਿ ਮੈਨੂੰ ਕੋਈ ਇੱਦਾਂ ਦਾ ਕਿਰਦਾਰ ਮਿਲੇ ਜਿਵੇਂ ਦਾਮਨੀ ਫਿਲਮ ਦੇ ਵਿੱਚ ਸਨੀ ਦਿਓਲ ਦਾ ਕਿਰਦਾਰ ਸੀਗਾ 25-30 ਮਿੰਟ ਦਾ ਕਿਰਦਾਰ ਸੀਗਾ ਬਟ ਉਹ ਮੇਲਾ ਲੁੱਟ ਕੇ ਲੈ ਕੇ ਜਾਂਦਾ ਸੇਮ ਮੈਨੂੰ ਕਿਸ਼ਨੇ ਦੇ ਕਿਰਦਾਰ ਦੇ ਰੂਪ ਵਿੱਚ ਮੇਰਾ ਉਹ ਡ੍ਰੀਮ ਜਿਹੜਾ ਪੂਰਾ ਹੋਇਆ ਬੜਾ ਐਗਰੈਸਿਵ ਕਿਰਦਾਰ ਔਰ ਬੜਾ ਘੈਂਟ ਕਿਰਦਾਰ ਆ ਜਿੱਦਾਂ ਦੇ ਕਰੈਕਟਰ ਦੇ ਵਿੱਚ ਮੇਰੀ ਆਡੀਅੰਸ ਮੈਨੂੰ ਦੇਖਣਾ ਚਾਹੁੰਦੀ ਹੈ ਜਿੱਦਾਂ ਦਾ ਮੈਨੂੰ ਮੇਰੇ ਚਾਹੁਣ ਵਾਲੇ ਪਿਆਰ ਕਰਦੇ ਉੱਦਾਂ ਦਾ ਕਿਰਦਾਰ ਆ ਉਹ ਔਰ ਮੈਂ ਬਹੁਤ ਹੈਪੀ ਹਾਂ ਉਹ ਤੋਂ ਬਾਅਦ ਹੁਣ ਮੈਂ ਮਨਦੀਪ ਬੈਨੀ ਪਾਲ ਬਾਈ ਜੀ ਨਾਲ ਫਿਲਮ ਸਾਡੀ ਜਿਹੜੀ
असी पंजाबी सिनेमे दे विच एक्सपैरीमेंट कर रहे हैं कि यार सिर्फ रोमांटिक फिल्मां नहीं, कॉमेडी फिल्मां नहीं, अलग तरह का सिनेमा भी बनना चाहिए। हुण असी एक ब्लैकिया टू कर रहे हैं, उहदी मेरी शूटिंग राजस्थान शुरू होनी है, वह टोटली डिफरेंट है। और फिर असी एक अगली फिल्म जिहड़ी असी कर रहे हैं और थिंद भाजी दलजीत थिंद भाजी प्रोड्यूस कर रहे हैं उन्होंने, और बहुत वड्डे पद्धर से फिल्म बन जा रही है, मनदीप भाई जी डायरैक्ट कर रहे हैं। और उसनू इहो जिहा सिनेमा ना किसी पिंड च ना किसी शहर च, वह फिल्म 80% जंगल च शूट होनी है। पंजाबी सिनेमे लई असी टोटली डिफरेंट वड्डा एक्शन लैके आ रहे हैं। और कमाल दी असी साडी कहानी दे उत्ते सानू मेहनत करदे ही, चाहे ब्लैकिया होवे चाहे अंडरग्राउंड बंदे होवे, सानू घट्टो घट्ट साल साल सवा सवा साल हो गया, क्योंकि जे इदां दे कंटेंट करने आ ना तुसीं तां फिर तुहानू जिहड़ी उहदी इक सोल है कहानी उह ते मेहनत करनी पऊगी, उह ते कच्च नहीं तुसीं छड्ड सकदे। सो कोशिश इही है मेरी, इह कोशिश नहीं रहिंदी कि मैं यार पैसे लई फिल्मां करदा रहां करदा जावां वधी जावां। मेरा इदां दा वी यार जदों कदों सिनेमे चों जावां तां लोक कहणे यार कि तुहाडी जिहड़ी लाइब्रेरी है फिल्मां दी उह अलग ही दिखे सब तों, यार इदां दा इक सिनेमा कीता किसे बंदिआं ने, आए सी कि चंगा सिनेमा समाज नूं सेध भी दिंदा सी, एंटरटेन भी करदा सीगा, एंटरटेनमेंट दे नाल नाल एक्शन सारा कुछ तुहानूं मिलेगा फिल्मां दे विच जिहड़ियां अग्गे आउणगियां। ਤੁਸੀਂ ਇੱਕ ਵਾਰੀ ਜ਼ਿਕਰ ਵੀ ਕੀਤਾ ਸੀਗਾ ਨਾ ਕਿ ਤੁਸੀਂ ਚਾਹੇ ਤੁਹਾਨੂੰ ਫਿਲਮਾਂ ਛੱਡਣੀਆਂ ਪੈਣ, ਫਿਲਮਾਂ ਉਹ ਕਰੋਗੇ ਜਿਹੜੀਆਂ ਚੰਗੀਆਂ ਹੋਣਗੀਆਂ। ਇੱਦਾਂ ਬੜੀਆਂ ਸੁੱਟਲ ਵੇ ਸਟੋਰੀਆਂ ਆਉਂਦੀਆਂ ਹੋਣੀਆਂ ਜਿਹਨੂੰ ਤੁਸੀਂ ਇਗਨੋਰ ਕੀਤਾ ਵੀ ਨਹੀਂ ਯਾਰ, ਇਹ ਇਹ ਆਪਣੀ ਬਹੁਤ ਮੈਂ ਬਹੁਤ ਇਗਨੋਰ ਕਰਦਾ। ਔਰ ਕਿਸੇ ਨੂੰ ਕਹਿਣਾ ਜਿਹਦਾ ਦਿਲ ਦਿਖਾਉਣਾ ਜਾਂ ਉਹਨੂੰ ਕਹਿ ਤੇਰੀ ਸਟੋਰੀ ਚੰਗੀ ਨਹੀਂ ਹੈ ਜਾਂ ਇਹ, ਉਹ ਨਹੀਂ ਮੈਂ ਕੰਮ ਕਰਦਾ ਕਿ ਮੈਂ ਮੂੰਹ 'ਤੇ ਕਿਸੇ ਦੇ ਜਾ ਕੇ ਕਹਿੰਦਾ ਨਹੀਂ ਯਾਰ ਤੂੰ ਤਾਂ ਬਹੁਤ ਬੇਕਾਰ ਸਕ੍ਰਿਪਟ ਲਈ ਫਿਰਦਾ, ਉਹ ਮੈਂ ਨਹੀਂ ਕਰਦਾ। ਹਰ ਬੰਦਾ ਜਿਹਦਾ ਦੇਖੋ ਇਮੋਸ਼ਨ ਜੁੜੇ ਹੁੰਦੇ ਨੇ ਉਹਦੀ ਕਹਾਣੀ ਦੇ ਨਾਲ, ਉਹਨੂੰ ਲੱਗਦਾ ਕਿ ਕੁਛ ਵਧੀਆ ਚੀਜ਼ ਲੈ ਕੇ ਆਇਆ, ਹੋ ਸਕਦਾ ਉਹਨੂੰ ਬਹੁਤ ਵਧੀਆ ਲੱਗਦੀ ਹੋਵੇ ਮੈਨੂੰ ਨਾ ਵਧੀਆ ਲੱਗਦੀ ਹੋਵੇ। ਸੇਮ ਆਪਣਾ ਜੋ ਫੂਡ ਤੁਹਾਨੂੰ ਚੰਗਾ ਲੱਗਦਾ ਹੋ ਸਕਦਾ ਉਹ ਮੈਨੂੰ ਨਾ ਚੰਗਾ ਲੱਗਦਾ, ਉਹਦੇ ਲਈ ਫਿਰ ਅਲੱਗ ਤਰੀਕੇ ਹੈਗੇ ਨੇ ਬੰਦੇ ਨੂੰ ਕਹਿਣ ਦੇ ਵੀ ਨਹੀਂ ਜਾਂ ਡੇਟਸ ਦਾ ਜਾਂ ਕਿਸੇ ਤਰੀਕੇ ਨਾਲ। ਬਟ ਹਾਂ ਮੈਂ ਫਿਲਮਾਂ ਛੱਡਦਾ, ਬਹੁਤ ਛੱਡਦਾ, ਕਾਫੀ ਛੱਡਦਾ। ਮੈਂ ਨਹੀਂ ਹੈ ਕਿ ਕੋਈ ਕਿਸੇ ਕੋਈ ਬੰਦਾ ਚੈੱਕ ਲੈ ਕੇ ਆ ਗਿਆ ਜੀ ਆਹ ਫਿਲਮ ਕਰ ਲਓ, ਮੈਂ ਉੱਦਾਂ ਕੰਮ ਨਹੀਂ ਕਰਦਾ। ਅਤੇ ਸਾਨੂੰ ਵੀਰੇ ਹਮੇਸ਼ਾ ਹੀ ਤੁਹਾਡੇ 'ਤੇ ਮਾਣ ਹੋਊਗਾ ਕਿ ਚੰਗੇ ਸਿਨੇਮੇ ਦੀ ਗੱਲ ਕਰਦੇ ਹਾਂ ਨਾ, ਅਤੇ ਅਕਸਰ ਤੁਹਾਡਾ ਨਾਂ ਹਮੇਸ਼ਾ ਉੱਪਰ ਹੋਊਗਾ। ਥੈਂਕ ਯੂ, ਅਸੀਂ ਪੰਜਾਬ ਨੂੰ ਤੁਹਾਡਾ ਸ਼ੁਕਰੀਆ। ਅੱਜ ਜੋ ਵੀ ਆ ਜਿੱਥੇ ਵੀ ਆ ਸਾਰਾ ਤੁਹਾਡੇ ਚਾਹੁਣ ਵਾਲੇ ਸਰੋਤਿਆਂ ਦੀ ਬਦੌਲਤ ਆ, ਉਸ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਆ। ਨਹੀਂ ਇਨਸਾਨ ਦੇ ਹੱਥ ਵਾਸਤੇ ਕੁਛ ਨਹੀਂ ਹੈਗਾ, ਜੋ ਪਰਮਾਤਮਾ ਤੁਹਾਡੇ 'ਤੇ ਕਿਰਪਾ ਕਰਦਾ ਤੁਹਾਨੂੰ ਨਵਾਜਦਾ ਹੈ ਨਾ, ਉਹਦੀ ਰਹਿਮਤ ਹੁੰਦੀ ਹੈ ਤਾਂ ਹੀ ਤੁਹਾਨੂੰ ਲੋਕ ਪਿਆਰ ਕਰਦੇ ਨੇ, ਜਿਹੜਾ ਲੋਕਾਂ ਦਾ ਪਿਆਰ ਮਿਲਦਾ ਫਿਰ ਉਹਦੀ ਕਿਰਪਾ ਹੀ ਹੁੰਦੀ ਹੈ। ਥੈਂਕ ਯੂ, ਓਕੇ, ਥੈਂਕ ਯੂ ਵੈਰੀ ਮੱਚ।